ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1970। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਮੇਰਾ ਹਰਜੀਤ ਸਿੰਘ, ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ 9787832010। 9787832010। ਹਾਂਜੀ, ਠੀਕ ਹੈ। ਜਿਹੜੀ ਆਪਾਂ ਵੈੜ ਦੇਖੀ ਨੇ ਬਾਈ ਜੀ, ਸੂਆ ਕਿਹੜਾ ਸੂਈ ਹੈ? ਇਹ ਦੂਜਾ ਸੂਆ ਸੂਈ। ਕਦੋਂ ਸੂਈ ਹੈ? ਇਹ ਵੀਰੇ ਸਵੇਰੇ 4 ਵਜੇ ਸੂਈ ਹੈ। ਅਤੇ ਜੇ ਇਹਦੇ ਵੀ ਆ ਬਈ, ਠੀਕ ਹੈ। ਬੱਚਾ ਕੀ ਦਿੰਦਾ ਨੇ? ਬੱਚਾ ਵੀਰੇ ਬੱਚਾ ਹੈ। ਠੀਕ ਹੈ, ਕਿੰਨਾ ਕੁ ਬੋਲਾ ਚੋਦਾ ਸਵੇਰੇ ਦਾ? ਆਪਾਂ ਬੋਲਾ ਵੀਰੇ 6 ਤੋਂ 6.5 ਕਿਲੋ ਤੱਕ ਚੋਦਾ ਸਵੇਰੇ। ਠੀਕ ਹੈ, ਅੰਦਾਜ਼ਾ ਲਾ ਸਕੇ ਦੁੱਧ ਕਿੰਨਾ ਕੁ ਪਾ ਦੂਗੀ? ਦੁੱਧ ਪਾ ਦੂ ਵੀਰੇ, ਹੁਣ ਇਸ ਟਾਈਮ 30 ਕਿਲੋ, ਹੁਣ ਠੰਡ ਦਾ ਮੌਸਮ ਹੈ, 30 ਕਿਲੋ ਪੱਕਾ ਪਾਊਗਾ। ਮੰਨ ਕੇ ਚੱਲੇ 27 ਸੂਏ ਦਾ 25 ਕਿਲੋ ਦਾ ਰਿਕਾਰਡ ਲੈ ਰਹੇ ਪਹਿਲਾਂ ਦਾ। ਮੰਨ ਕੇ ਚੱਲੇ ਜੱਟ ਸੌਦਾ 26-27 ਤੋਂ ਪਾਰ ਵਾਲੀ ਤਾਂ ਹੈਗੀ ਆ। 28 ਦੀ ਤਾਂ ਹੋਰ ਦੇਵਾਂ, ਗਾਰੰਟੀ ਦੇਵਾਂਗੇ। ਭਾਅ ਇਹਦਾ ਕੀ ਰਹੂਗਾ? ਭਾਅ ਵੀਰੇ ਫੋਨ 'ਤੇ ਕਰਾਂਗੇ। ਜਾਇਜ਼ ਹੋਊਗਾ? ਜਾਇਜ਼ ਬਿਲਕੁਲ, ਝੋਰਿਓ ਵਾਰ ਨੂੰ ਜੀ। ਸੋ ਵੀਰੋ, ਕੱਦ ਕਾਠ ਵਗੈਰਾ ਦੇਖੋ, ਬੈਠਦਾ ਚੰਗਾ ਸਾਫ਼ ਸੁਥਰੀ ਅਤੇ ਮੋਟਾ ਥਾਣਾ ਮੁੱਠੀ ਵਾਲਾ, ਕਿਆ ਬਾਤਾਂ। ਜਿੰਦ ਜਾਣ ਰਾਜੀ ਸਮੀ ਬੜੀ, ਬੱਚਾ ਮੇਲ ਕਾਫਾ, ਸੂਈ ਸਵਾਈਆ, ਜੇਰ ਧਾਰਾਂ, ਸਾਰਾ ਕੁਛ ਕੰਮ ਡਾਨਾ ਜਮਾ ਓਕੇ ਆ। ਅਤੇ ਰੇਟ ਵੀਰ ਕਹਿੰਦਾ ਫੋਨ 'ਤੇ ਕਰਾਂਗੇ, ਬਿਲਕੁਲ ਵਾਜਬ ਹੋਊਗਾ ਇਹਦਾ। ਸੋ ਥਣ ਦੇਖੋ। ਅਤੇ ਬਾਈ ਜੀ, ਦੂਜੇ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਨੇ, ਇਹ ਕਿਹੜਾ ਸੂਆ ਸੁਣਦੀ ਹੈ? ਕਿਆ ਕੁ ਦਿਨ ਲੈਂਦੀ ਹੈ? 10 ਤੋਂ 12 ਦਿਨਾਂ ਤੱਕ ਬੱਚਾ ਲੈਂਦੀ। 12 ਕੁ ਦਿਨ ਬਾਕੀ, ਪਹਿਲਾ ਸੂਆ ਜਰਸੀ, ਕੱਦ ਬੈਡ ਵਾਲੀ ਆ ਗਈ ਪੂਰੀ, ਹੈ ਨਾ? ਥੋੜੀ ਜਿਹੀ ਖੂਨ ਦੀ ਕਮੀ ਤਾਂ ਹੈਗੀ ਬੱਚੀ ਦੇ, ਕੁਆਲਿਟੀ ਵਾਲੀ ਵੀਰੇ। ਠੀਕ ਹੈ, ਦੁੱਧ ਕਿੰਨਾ ਕੁ ਪਾ ਦੂਗੀ ਇਹ? ਦੁੱਧ ਵੀਰੇ 20 ਕਿਲੋ ਪਾ ਦੂ ਹੁਣ। 20 ਕਿਲੋ, 10 ਦਿਨ ਦੀ ਕੱਚੀ ਆ, ਹੈ ਨਾ? 10 ਦਿਨ ਦੀ ਕੱਚੀ ਆ, 10 ਤੋਂ 12 ਦਿਨ ਲੈ ਜੂਗਾ। ਤੇ ਰੇਟ ਇਹਦਾ ਕੀ ਰਹੂਗਾ? ਰੇਟ ਵੀਰੇ ਫੋਨ ਤੇ ਧੋਈ ਵਾਰ ਨੂੰ। ਸੋ ਵੀਰੇ, ਦੂਜੇ ਨੰਬਰ ਜਿਹੜੀ ਜਰਸੀ ਵੈਟ ਦੇਖੇ ਨਾ, ਪਹਿਲਾ ਸੂਆ ਸੁਣਦੀ ਪਈ ਆ, ਤੇ ਚੰਗਾ ਦੁੱਧ ਚਵਾ ਦੂਗੀ ਪਹਿਲੇ ਸੂਏ, ਕੱਦ ਕੱਢ ਚੰਗਾ ਜਿੰਦ ਜਾਣ, ਤੇ ਕੱਚੀ ਕੱਚੀ ਆ, ਇਕੱਲੀ ਵਜਨ ਵਜੂਦ ਵੈਟ 'ਚ ਬਹੁਤ ਜ਼ਿਆਦਾ ਆ, ਲੰਬੀ ਉਸ 'ਚ ਲੰਬੇ ਜਿੰਦ ਜਾਣ ਵਾਲੀ ਆ। ਸੋ ਹਵਾਨੇ ਅਤੇ ਨਾਲਾ ਵਗੈਰਾ ਦੇਖ ਸਕਦੇ ਹੋ, ਸਾਫ਼ ਸੁਥਰੀ, ਰੇਟ ਵੀਰ ਕਹਿੰਦਾ ਜੈਨੂਅਨ ਹੋਊਗਾ, ਕਰਾਂਗੇ ਫੋਨ 'ਤੇ। ਤੇ ਅੱਗੇ ਤੀਜੇ ਨੰਬਰ ਜਿਹੜੇ ਆਪਾਂ ਡੱਬੀ ਵੈਟ ਦੇਖੀ ਜਾਂਦੇ, ਕਿਹੜਾ ਸੂਆ ਸੁਣਦੀ ਆ? ਇਹ ਵੀਰੇ ਦੂਜੇ ਸੂਏ ਸੁਣਦੀ ਹੈਗੀ। ਕਿਆ ਕੁ ਦਿਨ ਲੈਂਦੀ ਆ ਜੇ? ਇਹਦੇ ਵੀਰੇ 10-12 ਦਿਨ ਇਹਦੇ ਬਾਕੀ ਪੈਣੇ, 10 ਦਿਨ ਬਾਕੀ ਪੈਣੇ, 10 ਦਿਨ ਬਾਕੀ। ਥਣ ਮੁੱਠੀ ਵਾਲਾ ਜਮਾ, ਹਨਾ? ਥਣ ਮੁੱਠੀ ਵਾਲਾ ਦੇਖੋ, ਬਹੁਤ ਸੀਰ ਠੰਡੀ ਹੈਗੀ, ਬਹੁਤ ਕੁਆਲਿਟੀ ਵਾਲੀ ਹੈਗੀ। ਪਲੂਣ ਦਾ ਦੁੱਧ ਕਿੰਨਾ ਦੱਸਿਆ ਇਹਦਾ? ਪਲੂਣ ਦਾ ਵੀਰੇ 25 ਕਿਲੋ ਦੁੱਧ ਪਾਇਆ ਹੋਇਆ ਇਹਦਾ, ਗਾਰੰਟੀ ਨਾਲ। ਠੀਕ ਹੈ, 10 ਦਿਨ ਬਾਕੀ ਹੈ, ਇਹਦੇ ਕੀ ਅੰਦਾਜ਼ਾ ਲਾਈਏ? 20 ਕਿਲੋ ਤੋਂ ਬਾਹਰ ਪਾਉਣਾ ਵੀਰੇ। ਠੀਕ ਹੈ, ਛਿੱਕੀ ਹੈ, 6 ਦਿਨ ਦਾ ਕੀ ਰੇਟ? ਬਿਲਕੁਲ ਜੈਨੂਅਨ ਹੋਊਗਾ, ਬਿਲਕੁਲ ਫੋਨ ਤੇ ਜੈਨੂਅਨ ਰੇਟ ਕਰਾਂਗੇ, ਤੋਰੇ ਵਾਰ ਨੂੰ। ਸੋ ਵੀਰੋ, ਕੱਦ ਕਾਠ ਵਗੈਰਾ ਬੈਠਦਾ ਦੇਖ ਸਕਦਾ, ਸੋਹਣਾ ਸਾਫ਼ ਸੁਥਰਾ। ਦੂਜਾ ਸੂਆ ਸੁਣਦਿਆ, ਸੂਣ ਨੂੰ ਲਗਭਗ ਤਿਆਰੀ ਦੇ ਵਿੱਚ ਹੈਗੀ, 10 ਦਿਨ ਬਾਕੀ ਹੈ ਇਹਦੇ। ਅਤੇ ਦੁੱਧ ਵੀਰ ਕਹਿੰਦੇ 27-28 ਕਿਲੋ ਤੋਂ ਪਾਰ ਦੀ ਉਮੀਦ ਆ, ਵਜਨ ਵਜੂਦ ਬਹੁਤ ਆ ਬੈਠ 'ਚ, ਅਤੇ ਥਣ ਸੋਹਣਾ ਮੁੱਠੀ ਵਾਲਾ, ਕਿਆ ਬਾਤ ਆ। ਕੁਆਲਿਟੀ ਵਗੈਰਾ ਬੈਠ ਦੇ ਵਿੱਚ ਬਹੁਤ ਜ਼ਿਆਦਾ ਆ ਰਾਜੀ, ਪਲੀ ਪੁਲੀ ਬਹੁਤ ਜ਼ਿਆਦਾ ਆ, ਅਤੇ ਅੰਦਾਜ਼ਾ ਲਾਈਏ ਵੀਰੇ 27-28 ਤੋਂ ਪਾਰ ਵਾਲੀ ਹੈਗੀ ਆ, ਹੈ ਨਾ? ਗਾਰੰਟੀ ਨਾਲ ਵੀਰੇ, ਗਾਰੰਟੀ ਨਾਲ 30 ਕਿਲੋ ਦੁੱਧ। ਠੀਕ ਆ, ਬਾਡੀ ਵੇਟ ਵਗੈਰਾ ਬੈਠ 'ਚ ਬਹੁਤ ਜ਼ਿਆਦਾ, 10 ਦਿਨ ਅਜੇ ਇਹਦੇ ਪੈਂਡਿੰਗ ਪਿਆ ਸੂਨ ਦੇ ਵਿੱਚ। ਸੋ ਫਿਰ ਬਾਕੀ ਹੋਰ ਕੋਈ ਮਹੀਨੇ ਡੇਢ ਮਹੀਨੇ ਦੇ ਕੱਚੇ ਬਣਾ, ਇੱਦਾਂ ਵੀ ਕੋਈ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਸਕਦੇ ਹੋ। ਸੋ ਅੱਗੇ ਇੱਕ ਆਪਾਂ ਦਿਖਾਉਂਦੇ ਪਿਆ, ਬੂਰੀ ਕੱਟੀ ਪਿੱਛੇ ਆ, ਤਾਜ਼ੀ ਬੂਰੀ ਮੱਝ ਸੂਈ ਵੀ, ਆ ਬੱਚੇ ਦੇਖ ਸਕਦੇ ਤਾਜ਼ੇ। ਇੱਥੇ ਵੀਰ ਨੇ ਮੱਝ ਲੈਣੀ ਹੋਵੇ ਚੋ ਕੇ, ਇੱਥੇ 8-10 ਮੱਝਾਂ ਹਰ ਵਕਤ ਹਾਜ਼ਰ ਰਹਿੰਦੀਆਂ, ਕੋਈ ਵੀ ਮੱਝ ਦੇਖੋ ਆ ਕੇ ਤਸੱਲੀ ਕਰਕੇ ਤੁਸੀਂ ਖਰੀਦਦਾਰੀ ਕਰ ਸਕਦੇ। ਬੂਰੀ ਮੱਝ ਮਗਰ ਕੱਟੀ ਆ, ਤਾਜ਼ੀ ਸੂਈ ਦੇ 2-4 ਦਿਨ ਦੀ। ਸੋ ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ, ਵੀਡੀਓ ਦੇਖਣ